ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਅੱਜ ਬੜਾ ਕਰਮਾਂ ਵਾਲਾ ਦਿਨ ਹੈ ਜੀ। ਇੱਕ ਤਾਂ ਸਾਡੇ ਵੀਰ ਇਹ ਰਤਨਦੀਪ ਸਿੰਘ ਜੀ ਆ ਜਿਹੜੇ ਸਾਡੇ ਕੋਲ, ਇਹ ਰਾਗੀ ਸਿੰਘ ਅਸੰਧ ਤੋਂ ਕਰਨਾਲ ਤੋਂ ਛੱਡ ਕੇ ਗਏ ਆ ਵੀਰ ਬਲਜਿੰਦਰ ਹੋਣੀ ਅਤੇ ਇਹਨਾਂ ਦੇ ਭੈਣ। ਅਤੇ ਉਹਨਾਂ ਨੂੰ ਹੁਣ ਦਵਾਈ ਹੈ, ਦੋ ਤਿੰਨ ਦਿਨ ਤੋਂ ਇਹਨਾਂ ਦਾ ਟ੍ਰੀਟਮੈਂਟ ਚਾਲੂ ਹੋ ਗਿਆ ਵਾ। ਹੁਣ ਕੱਲ੍ਹ ਸਕਾਈਟ੍ਰਿਕਸ ਤੋਂ ਵੀ ਦਵਾਈ ਹੈ ਠੀਕ ਅੱਗੇ ਨਾਲੋਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਅਤੇ ਪਰ ਅੱਜ ਇੱਕ ਇਹਨਾਂ ਦੀ ਜ਼ਿੰਦਗੀ ਦਾ ਕਾਫੀ ਵਧੀਆ ਦਿਨ ਹੈ ਜੀ। ਅਤੇ ਇਹਨਾਂ ਦਾ ਬੇਟਾ ਆਇਆ ਹੋਇਆ ਜੀ, ਇਹ ਪ੍ਰਸ਼ਾਦਾ ਛਕ ਰਿਹਾ ਨਾਲ। ਅਤੇ ਪ੍ਰਿੰਸ ਦਾ ਬੇਟਾ ਤੇਰਾ ਨਾ ਪ੍ਰਿੰਸ, ਅਤੇ ਇਹਨਾਂ ਦੇ ਵਾਈਫ ਆਏ ਹੋਏ ਆ ਜੀ ਮਿਲਣ। ਇਹਨਾਂ ਦਾ ਮੈਨੂੰ ਰਾਤ ਫੋਨ ਆਇਆ ਸੀਗਾ ਵੀ ਅਸੀਂ ਮਿਲਣ ਆਉਣਾ ਵਾ, ਤਾਂ ਇਹ ਸਵੇਰੇ ਮੋਰਨਿੰਗ ਉੱਥੋਂ ਚਮਕੌਰ ਸਾਹਿਬ ਤੋਂ ਆਏ ਆ ਜੀ। ਇਹ ਇੱਥੇ ਸਾਡੇ ਕੋਲ ਪਹੁੰਚੇ ਆ ਜੀ। ਇਹ ਕਹਿੰਦੇ 3 ਸਾਲ ਬਾਅਦ, ਭੈਣ ਜੀ ਕਿੰਨੇ ਟਾਈਮ ਸਾਲ ਮਿਲੇ ਹੋ ਤੁਸੀਂ? 2 ਸਾਲਾਂ ਬਾਅਦ ਇਹ ਮਿਲੇ ਆ ਜੀ। ਅਤੇ ਇਹ ਉੱਥੇ ਰਹਿੰਦੇ ਸੀ ਆਪਣੀਆਂ ਭੈਣਾਂ ਕੋਲ, ਅਤੇ ਇਹ ਦੱਸਦੇ ਆ ਭੈਣ ਜੀ ਵੀ ਇਹਨਾਂ ਨੂੰ ਕੋਈ ਨਹੀਂ ਮਿਲ ਸਕੇ ਕਿਸੇ ਵਜ੍ਹਾ ਕਰਕੇ। ਚਲੋ ਇਹਨਾਂ ਦਾ ਘਰੇਲੂ ਮਸਲਾ ਹੋ ਸਕਦਾ ਜੀ ਉਹ, ਪਰ ਸਾਨੂੰ ਬੜੀ ਖੁਸ਼ੀ ਹੋਈ ਹੈ ਵੀ ਰਤਨਦੀਪ ਦਾ ਪਰਿਵਾਰ ਮਿਲਣ ਆਇਆ ਉਹਨਾਂ ਨੂੰ। ਉਹਨੂੰ ਰਤਨਦੀਪ ਨੂੰ ਵੀ, ਰਾਜੂ ਜੀ ਨੂੰ ਵੀ ਵਧੀਆ ਲੱਗਿਆ, ਵਧੀਆ ਗੱਲਾਂ ਮਾਰ ਰਹੇ ਨੇ ਸੱਚੇ ਪਾਤਸ਼ਾਹ ਮਿਹਰ ਕਾਰਨ ਵੀ ਇਹ ਠੀਕ ਹੋ ਜਾਣ ਜੀ। ਅਤੇ ਇੱਕ ਅੱਜ ਹੋਰ ਸਾਡੇ ਸੰਸਥਾ ਦੇ ਗੁਰੂ ਮਹਾਰਾਜ ਨੇ ਕਿਰਪਾ ਕਰੀ ਆ ਜੀ, ਬੜਾ ਵਧੀਆ ਦਿਨ ਆ ਸੱਚੇ ਪਾਤਸ਼ਾਹ। ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਵੀ ਕਰਦਾ ਇਸ ਨਜ਼ਰੀਏ ਦੇ ਰਾਹੀਂ ਵੀ ਇੱਦਾਂ ਦੀ ਸੋਚ ਰੱਖਣੀ ਚਾਹੀਦੀ ਹੈ ਜੀ ਅੱਜ ਕੱਲ੍ਹ ਦੇ ਬੰਦਿਆਂ ਨੂੰ। ਇਹ ਛੋਟਾ ਜਿਹਾ ਬੱਚਾ ਜੀ, ਇਹਨਾਂ ਦਾ ਨਾਂ ਹੈਗਾ ਜੀ ਫਤਿਹ, ਗੁਰਫਤਿਹ ਸਿੰਘ ਜੀ। ਅਤੇ ਇਹ ਅੱਜ ਸਾਡੇ ਕੋਲ ਇੱਥੇ ਆਪਣਾ ਜਨਮ ਦਿਨ ਮਨਾਉਣ ਆਏ ਆ ਜੀ। 1 ਤਰੀਕ ਨੂੰ ਜਾਂ 1 ਜਨਵਰੀ ਨੂੰ ਇਹਨਾਂ ਦਾ ਜਨਮ ਦਿਨ ਆ। ਇਹ ਵੀਰ ਆ ਜੀ, ਫਤਿਹ ਬੁਲਾਉਂਦੇ ਸਾਰਿਆਂ ਨੂੰ। ਅਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ 7-8 ਦਿਨ ਪਹਿਲਾਂ ਵੀ ਮੇਰੇ ਬੇਟੇ ਦਾ ਬਰਥਡੇ ਆ, ਵੀ ਮੈਂ ਚਾਹੁੰਦਾ ਸੰਸਥਾ 'ਤੇ ਮਨਾਉਣਾ। ਅਤੇ ਪਹਿਲਾਂ ਵੀ ਅਸੀਂ 1-2 ਵਾਰੀ ਇੱਦਾਂ ਦੀ ਵੀਡੀਓ ਪਾਈਆਂ ਵਾ, ਵੀਰ ਆਏ ਆ ਬਰਥਡੇ ਮਨਾਉਣ, ਪਰ ਉਹ ਵੱਡੇ ਐਲਡਰ ਬੰਦੇ ਸੀਗੇ ਜਿਹੜੇ ਆਪਦਾ ਬਰਥਡੇ ਮਨਾ ਕੇ ਗਏ, ਪਰ ਬੱਚੇ ਨੂੰ ਆਪਣੇ ਨੂੰ ਲੈ ਕੇ ਵੀਰ ਇਹ ਪਹੁੰਚਿਆ ਸਾਡੇ ਕੋਲ ਜੀ ਅੱਜ, ਪੂਰੇ ਪਰਿਵਾਰ ਦੇ ਸਮੇਤ। ਮਾਤਾ ਜੀ ਇਹਨਾਂ ਦੇ, ਇਹਨਾਂ ਦੇ ਤੋਂ ਵੱਡੇ ਬੇਟਾ ਗੁਰਸਿਮਰਨ ਸਿੰਘ, ਅਤੇ ਇਹਨਾਂ ਦੇ ਸਾਸੂ ਮਾਂ ਜੀ, ਮਦਰ ਇਨ ਲਾਓ, ਅਤੇ ਇਹਨਾਂ ਦਾ ਭਾਣਜਾ ਜੀ ਬੇਟਾ, ਅਤੇ ਸਾਰਾ ਪਰਿਵਾਰ ਸਮੇਤ ਵੀਰ ਉੱਧਰ ਸੇਵਾ ਕਰ ਰਿਹਾ ਲੰਗਰ ਦੀ, ਅਤੇ ਨਾਲ ਆਏ ਆ ਜੀ ਇਹ। ਅਤੇ ਬੜੀ ਖੁਸ਼ੀ ਹੋਈ ਜੀ, ਇੱਦਾਂ ਦੀ ਸੋਚ ਰੱਖਣੀ ਚਾਹੀਦੀ ਹੈ ਜੀ ਸਾਰਿਆਂ ਨੂੰ। ਇਹਨਾਂ ਵੀਰਾਂ ਨਾਲ ਅੱਜ ਕੱਲ੍ਹ ਜਿਹੜੇ ਵਕਤ ਦੇ ਮਾਰੇ ਹੋਏ ਵੀਰ ਸਾਡੇ ਕੋਲ ਰਹਿੰਦੇ ਆ, ਇਹੋ ਜਿਹੇ ਵੀਰਾਂ ਦੇ ਨਾਲ ਬੈਠ ਕੇ ਜਨਮ ਦਿਨ ਜਾਂ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ, ਕਿਉਂਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਖੁਸ਼ੀ ਦੇ ਪਾ ਲਾ ਸਕਣ। ਕਈ ਸਾਲਾਂ ਤੋਂ ਕਈ ਵੀਰ ਲਵਾਰਸ ਸੜਕਾਂ 'ਤੇ ਘੁੰਮ ਰਹੇ ਸੀ, ਜਿਨ੍ਹਾਂ ਨੂੰ ਪਰਿਵਾਰ ਦਾ ਆਸਰਾ ਨਹੀਂ ਮਿਲਿਆ ਕਾਫੀ ਸਾਲਾਂ ਤੋਂ, ਅਤੇ ਉਹਨਾਂ ਨੂੰ ਇਹ ਇੱਦਾਂ ਦੇ ਮੂਮੈਂਟ ਦੇ ਕੇ ਉਹਨਾਂ ਨੂੰ ਪਰਿਵਾਰ ਦਾ ਅਹਿਸਾਸ ਕਰਵਾਉਂਦੀਆਂ ਇੱਦਾਂ ਦੀਆਂ ਗੱਲਾਂ ਜੀ। ਅਤੇ ਇੱਦਾਂ ਅੱਜ ਸਬਜ਼ੀ ਦਾਲ ਸਾਰਾ ਕੁਛ ਵੀਰ ਉੱਥੋਂ ਲੈ ਕੇ ਆਏ ਸੀਗੇ, ਅਤੇ ਪ੍ਰਸ਼ਾਦ ਬਣਾਇਆ ਸਾਰਾ ਕੁਛ, ਯਾਨੀ ਕਿ ਖਾਣੇ ਦਾ ਪ੍ਰਬੰਧ ਇਹਨਾਂ ਨੇ ਵੱਡੇ ਬੱਚੇ ਦੇ ਬਰਥਡੇ 'ਤੇ ਆਪਦੇ 'ਤੇ ਕੀਤਾ, ਜਿਵੇਂ ਪੰਡਿਤ ਜੀ ਸਾਡੇ ਦੇਖ ਸਕਦੇ ਹੋ ਵੀਰ ਸਾਡਾ। ਅਤੇ ਸਾਰੇ ਵੀਰ ਛੱਕ ਰਹੇ ਆ, ਬਾਬਾ ਜੀ ਸੁਰਜੀਤ ਸਿੰਘ ਜੀ ਸਾਡੇ ਕੋਲ ਆਇਆ। ਬਾਬਾ ਸੁਰਜੀਤ ਸਿੰਘ ਜੀ ਠੀਕ ਹੋ? ਪਰਿਵਾਰ ਦੇ ਵਿੱਚੋਂ ਉੱਠ ਕੇ ਪਰਿਵਾਰ ਆਉਂਦੇ ਆ, ਕੋਈ ਜਨਮ ਦਿਨ ਮਨਾਉਂਦਾ ਜਾਂ ਕੋਈ ਇਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਦਾ, ਤਾਂ ਇਹਨਾਂ ਨੂੰ ਵੀ ਅਹਿਸਾਸ ਹੁੰਦਾ ਵੀ ਅਸੀਂ ਘੱਟੋ ਘੱਟ ਇਨਸਾਨੀ ਰੂਪ 'ਚ ਹੀ ਹਾਂ ਹਜੇ, ਕਿਉਂਕਿ ਪਹਿਲਾਂ ਤਾਂ ਇਹਨਾਂ ਦੇ ਹਾਲਾਤ ਅੱਜ ਕੱਲ੍ਹ ਦੇ ਇਨਸਾਨਾਂ ਨੇ ਇੱਦਾਂ ਦੇ ਕਰਤੇ ਸੀ ਵੀ ਇਹਨਾਂ ਨੂੰ
ਕਿਸੇ ਦੇ ਕੀੜੇ ਪਏ ਕਿੱਦਾਂ ਕਿਸੇ ਦੇ ਕਿਵੇਂ ਵੀ ਇਨਸਾਨੀਅਤ ਹੀ ਖਤਮ ਹੋਈ ਪਈ ਸੀ ਇਹਨਾਂ ਲਈ ਤਾਂ ਕਿਉਂਕਿ ਇਨਸਾਨ ਕੋਲ ਦੀ ਮੂੰਹ ਲਪੇਟ ਕੇ ਨਿਕਲ ਜਾਂਦਾ ਸੀਗਾ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਸੀਗਾ ਪਰ ਸੱਚੇ ਪਾਤਸ਼ਾਹ ਨੇ ਸਾਡੀ ਟੀਮ ਦੀ ਡਿਊਟੀ ਲਾਈ ਆ ਮਿਹਰ ਕੀਤੀ ਆ ਸਾਡੇ 'ਤੇ ਅਸੀਂ ਇਸ ਸੇਵਾ 'ਤੇ ਲੱਗੇ ਹੋਏ ਹਾਂ ਅਤੇ ਅਸੀਂ ਇਹਨਾਂ ਨੂੰ ਵੀਰਾਂ ਨੂੰ ਇਲਾਜ ਕਰਵਾਉਂਦੇ ਹਾਂ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਰਹਿਣ ਲਈ ਸਾਡੀ ਟੀਮ ਸਾਰੀ ਲੱਗੀ ਹੋਈ ਹੈ ਸੇਵਾ 'ਤੇ ਇੱਦਾਂ ਹੀ ਇਹ ਵੀਰ ਵੀ ਉੱਥੋਂ ਹੀ ਆਏ ਨੇ ਘੋਲੀਏ ਤੋਂ ਵੀਰ ਦੇ ਰਿਸ਼ਤੇਦਾਰ ਨੇ ਇਹ ਵੀ ਸੇਵਾ ਕਰਾ ਰਹੇ ਨਾਲ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਆ ਜੀ ਇੱਦਾਂ ਹੀ ਸੇਵਾ ਲੈਂਦੇ ਰਹਿਣ ਇੱਦਾਂ ਹੀ ਹੋਰ ਵੀਰਾਂ ਨੂੰ ਵੀ ਸਮਰੱਥ ਬਖਸ਼ਣ ਵੀ ਉਹ ਜਿਹੜੀਆਂ ਆਪਦੇ ਕੋਈ ਇੱਦਾਂ ਦੇ ਦਿਨ ਹੁੰਦੇ ਆ ਖੁਸ਼ੀ ਦੇ ਕਿਸੇ ਬੱਚੇ ਦਾ ਜਨਮ ਦਿਨ ਆ ਜਾਂ ਕਿਸੇ ਜ਼ਰੂਰੀ ਨਹੀਂ ਸਾਡੀ ਸੰਸਥਾ 'ਤੇ ਇੱਥੇ ਜਿੱਥੇ ਵੀ ਤੁਹਾਡੇ ਕੋਈ ਨੇੜੇ ਤੇੜੇ ਕੋਈ ਗਰੀਬ ਬੱਚਾ ਕੋਈ ਇੱਦਾਂ ਦੇ ਮਿਲਦੇ ਆ ਕੋਈ ਲਵਾ ਤੁਹਾਨੂੰ ਉਹਨਾਂ ਦੀ ਮਦਦ ਕਰੋ ਜੀ ਉਹਨਾਂ ਨੂੰ ਅਹਿਸਾਸ ਕਰਵਾਵੋ ਵੀ ਉਹ ਵੀ ਫੈਮਿਲੀ ਦੇ ਵਿੱਚ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਵੀ ਪਰਿਵਾਰ ਦੇ ਹਿੱਸੇ ਹਾਂ ਇਸ ਜ਼ਿੰਦਗੀ ਦੁਨੀਆਂ ਦੇ ਅਤੇ ਇੱਦਾਂ ਦੀਆਂ ਕੋਸ਼ਿਸ਼ਾਂ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਆਪਣਾ ਆਪਾਂ ਹਜ਼ਾਰਾਂ ਰੁਪਈਆ ਵਾਰ ਜਨਮ ਦਿਨਾਂ 'ਤੇ ਮਨਾਉਣ 'ਤੇ ਖਰਚ ਦਿੰਦੇ ਹਾਂ ਕੋਈ ਮੈਕਡੋਨਲ ਜਾਂਦਾ ਕੋਈ ਕੇ ਐੱਫ ਸੀ ਕੋਈ ਆਪਦੀ ਹਸਤੀ ਦੇ ਮੁਤਾਬਕ ਜਿੱਦਾਂ ਵੀ ਕਰ ਸਕਦਾ ਉਹ ਕਰਦੇ ਨੇ ਪਰ ਲੋੜਵੰਦਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਆ ਜੀ ਮੈਂ ਇਹੀ ਬੇਨਤੀ ਕਰਦਾ ਸਾਰੇ ਵੀਰਾਂ ਅਤੇ ਭੈਣਾਂ ਨੂੰ ਬਾਕੀ ਸਾਡਾ ਨੰਬਰ ਆ ਜਿਵੇਂ 97803000071 ਨੰਬਰ ਆ ਜੀ ਉਹਦੇ 'ਤੇ ਵੀ ਸਾਰੇ ਸੰਪਰਕ ਕਰ ਸਕਦੇ ਅਸੀਂ ਬਾਰਨਾਹੜੇ ਪਿੰਡ ਹੰਬੜਾ ਰੋਡ ਦੇ ਉੱਪਰ ਲੁਧਿਆਣੇ ਸੰਸਥਾ ਬਣਾਈ ਹੋਈ ਹੈ ਜੀ ਕੋਈ ਸੰਪਰਕ ਕਰ ਸਕਦੇ ਹੋ ਬਾਕੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਅੱਗੇ ਵੀ ਅਪਡੇਟ ਦੇਵਾਂਗੇ ਅਸੀਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਾਫੀ ਠੀਕ ਹੋ ਗਿਆ ਜੀ ਹੁਣ ਸਾਡੇ ਇੱਥੇ ਮਾਹੌਲ ਵੀ ਵੀਰ ਵੀ ਕਾਫੀ ਠੀਕ ਹੋ ਰਿਹਾ ਰਤਨਦੀਪ ਦਾ ਮੈਂ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਹੈ ਜਿਵੇਂ ਵੀ ਰਤਨਦੀਪ ਵੀ ਕਾਫੀ ਠੀਕ ਹੋ ਗਿਆ ਅਤੇ ਉਹਦੀ ਫੈਮਿਲੀ ਵੀ ਅੱਜ ਉਹਨੂੰ ਮਿਲਣ ਆਈ ਹੋਈ ਆ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਜਿਵੇਂ ਬਾਬਾ ਸਾਡੇ ਕਾਕਾ ਸਿੰਘ ਜੀ ਆ ਪ੍ਰਸ਼ਾਦਾ ਛਕ ਰਹੇ ਆ ਬਾਬਾ ਜੀ ਕਾਇਮ ਹੋ ਪੂਰੇ ਕਾਇਮ ਹੋ ਜੀ ਬਸ ਇੱਦਾਂ ਹੀ ਕਾਇਮ ਰਹਿਣ ਬਜ਼ੁਰਗ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।